ਬਿਆਨ ਹੈ ਜੁਆਇਨ ਕੀਤਾ ਸੀ ਤੇ ਤੁਹਾਨੂੰ ਮੈਂ ਦੱਸਿਆ ਸੀ ਕਿ ਸਾਈਬਰ ਸੈੱਲ ਨੂੰ ਅਸੀਂ ਰੀਆਰਗਨਾਈਜ਼ ਉਹ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਰੀਆਰਗਨਾਈਜ਼ ਕੀਤਾ ਪਹਿਲਾਂ ਨਕਲੀ ਕਮਾਂਡੈਂਟ ਲੈਵਲ ਤੇ ਜਿਹੜਾ ਉਹ ਟੱਗੀ ਮਾਰ ਰਿਹਾ ਸੀ ਬੜੇ ਵੱਡੇ ਲੈਵਲ ਤੇ ਆਡਿਟ ਵੀਰ ਲੈਵਲ ਤੇ ਉਹਨੂੰ ਅਸੀਂ ਬਸ ਕੀਤਾ ਸੀ ਉਹ ਕੇਸ ਇਹਦੇ ਵਿੱਚ ਜਿਹੜਾ ਇੱਕ ਹੁਣ ਬੜਾ ਹੀ ਬਹੁਤ ਚੰਗਾ ਸਾਡਾ ਸਾਈਬਰ ਸੈੱਲ ਦੇ ਵਿੱਚ ਜਿਹੜਾ ਜਿਹਨੇ ਡਾਇਰੈਕਟਲੀ ਏਡੀਸੀਪੀ ਹੈੱਡਕੁਆਰਟਰ ਹੁਣ ਰੁਪਿੰਦਰ ਜਿਹੜੇ ਪੱਟੀ ਉਹਨੂੰ ਦੇਖ ਰਹੇ ਆ ਉਹਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਇੱਕ ਆਨਲਾਈਨ ਟ੍ਰੇਡਿੰਗ ਐਪ ਰਾਹੀਂ ਉਹ ਇੰਟਰਨੈਟ ਤੇ ਆਨਲਾਈਨ ਟ੍ਰੇਡਿੰਗ ਐਪ ਦੇ ਕੇ ਉਹਦੇ ਵਿੱਚ ਲੋਕਾਂ ਨੂੰ ਲਿਓਰ ਕਰਕੇ ਕਿ ਤੁਸੀਂ ਇਹਦੇ ਵਿੱਚ ਪੈਸਾ ਲਾਓ ਤੇ ਪੈਸਾ ਤੁਹਾਡਾ ਕਈ ਗੁਣਾ ਜ਼ਿਆਦਾ ਵੱਧ ਜੂਗਾ ਉਸ ਰਾਹੀਂ ਠੱਗੀ ਵੱਜ ਰਹੀ ਸੀ ਇਹ ਲਗਭਗ ਪਿਛਲੇ 2 ਸਾਲ ਤੋਂ ਚੱਲ ਰਿਹਾ ਸੀ ਜਿਹੜਾ ਇਹਦੇ ਵਿੱਚ ਉਸ ਲੈਵਲ ਤੇ ਮੈਜੋਰਟੀ ਇਹਦੇ ਵਿੱਚ ਜਿਹੜਾ ਪੈਸਾ ਲਗਾਇਆ ਗਿਆ ਉਹ ਕੱਚੇ ਦਾ ਪੈਸਾ ਜਿਹੜਾ ਉਹਦੇ ਚ ਪੈਸਾ ਇਹ ਹੈ ਇਹਦੇ ਵਿੱਚ ਇਹਨਾਂ ਨੇ ਇਹ ਵੀ ਟ੍ਰੇਡ ਵੀ ਟ੍ਰੇਡ ਨਾਂ ਦਾ ਐਪ ਜੇ ਇਹਨੂੰ ਖੋਲੋਗੇ ਐਂਡਰਾਇਡ ਦੇ ਵਿੱਚ ਬੰਦ ਹੋ ਗਿਆ ਤੇ ਇਹਦੇ ਵਿੱਚ ਹਜੇ ਚੱਲ ਰਿਹਾ ਜਿਹੜਾ ਐਪਲ ਵਾਲੇ ਫੋਨ ਦੇ ਵਿੱਚ ਹਜੇ ਚੱਲ ਰਿਹਾ ਉਹਨੂੰ ਉਹਦੇ ਰਾਹੀਂ ਇਹਦੇ ਵਿੱਚ ਐਕਚੁਅਲੀ ਦਿਸ ਇਜ਼ ਫੋਰ ਟ੍ਰੇਨਿੰਗ ਪਰਪਸ ਹੈ ਇਹ ਲੋਕਾਂ ਨੂੰ ਇੱਕ ਜਿਹੜੀ ਆ ਲੜਕੀ ਨਾਲ ਸੀਗੀ ਉਹ ਲੋਕਾਂ ਨੂੰ ਕਾਲ ਕਰਦੀ ਸੀ ਕਾਲ ਕਰਕੇ ਤੇ ਫਿਰ ਉਸ ਤੋਂ ਬਾਅਦ ਲਿੰਕ ਭੇਜ ਦਿੰਦੇ ਸੀ ਵੀ ਤੁਸੀਂ ਆਪਦਾ ਪੈਸਾ ਕਰੋ ਅਸੀਂ ਆਨਲਾਈਨ ਟ੍ਰੇਡਿੰਗ ਦੇ ਵਿੱਚ ਆਨਲਾਈਨ ਟ੍ਰੇਡਿੰਗ ਕੀ ਹੈ ਨੈਸ਼ਨਲ ਸਟਾਕ ਐਕਸਚੇਂਜ ਬੰਬੇ ਸਟਾਕ ਐਕਸਚੇਂਜ ਤੇ ਇੱਕ ਹੈਗਾ MCX ਮਲਟੀ ਕਮੋਡਿਟੀ ਐਕਸਚੇਂਜ ਤਿੰਨ ਐਕਸਚੇਂਜਸ ਦੇ ਵਿੱਚ ਮੈਜੋਰਟੀ ਇਹ ਪੈਸਾ ਲਾਉਂਦੇ ਸੀ ਜਿਹੜੇ ਮੈਟਲ ਪ੍ਰੋਡਕਟਸ ਆ ਜਿਹੜਾ ਮਲਟੀ ਕਮੋਡਿਟੀ ਦੇ ਵਿੱਚ ਉਹ ਲੱਗਦਾ ਪੈਸਾ ਉਹਦੇ ਵਿੱਚ ਕਹਿੰਦੇ ਸੀ ਅਸੀਂ ਤੁਹਾਡਾ ਪੈਸਾ ਲਾ ਕੇ ਤੁਹਾਡਾ ਪ੍ਰੋਫਿਟ ਜਨਰੇਟ ਹੋ ਗਿਆ ਬੇਸਿਕ ਇਹਦਾ ਇਹ ਆ ਵੀ ਇਹਦੇ ਵਿੱਚ ਇਹ ਐਪ ਦੇ ਵਿੱਚ ਹੀ ਐਪ ਦੇ ਵਿੱਚ ਸਾਡੇ ਕੋਲੇ ਕੰਪਲੇਂਟ ਆਈ 3 ਮਹੀਨੇ ਪਹਿਲਾਂ 3-4 ਮਹੀਨੇ ਪਹਿਲਾਂ ਉਹ ਕੰਪਲੇਂਟ ਨੂੰ ਅਸੀਂ ਬੜਾ ਸਿਸਟਮੈਟਿਕ ਢੰਗ ਨਾਲ ਕੀਤਾ ਅਸੀਂ BSE ਤੋਂ NSE ਤੋਂ ਬੰਬੇ ਸਟਾਕ ਐਕਸਚੇਂਜ ਤੋਂ SEBI ਤੋਂ ਉਹਨਾਂ ਸਾਰਿਆਂ ਤੋਂ ਇਹ ਚੈੱਕ ਕੀਤਾ ਵੀ ਵੈਦਰ ਇਹ ਆਥੋਰਾਈਜ਼ਡ ਹੈ ਜਿਹੜੀ ਇਹਨੂੰ ਚੁੱਪਚਾਪ ਅਸੀਂ ਕਿਸੇ ਬਾਹਰ ਉਹਦੇ ਤੇ ਨਹੀਂ ਪਤਾ ਕਰ ਦਿੱਤਾ ਵੀ ਇਹਨੂੰ ਅਸੀਂ ਜਸਟ ਉਹਨਾਂ ਨੂੰ ਕਮਿਊਨੀਕੇਸ਼ਨ ਕਰਕੇ ਉਹਨਾਂ ਨੇ ਕਹਿਤਾ ਵੀ ਇਹ ਸਾਡੇ ਕੋਲ ਰਜਿਸਟਰਡ ਹੀ ਐਪ ਨੇ ਹੁਣ ਇਹ ਐਪ ਵੀ ਟ੍ਰੇਡਿੰਗ ਵਾਲਾ ਜਿਹੜਾ ਐਪ ਬਣਾਉਂਦੇ ਸੀ ਉਹਦੇ ਵਿੱਚ ਆਪ ਹੀ ਮੈਨੂਪਲੇਟ ਕਰਕੇ ਉਹਨੂੰ ਕਹਿ ਦਿਖਾ ਦਿੰਦੇ ਸੀ ਵੀ ਤੇਰਾ ਪੈਸਾ ਇੱਥੇ ਲੱਗ ਗਿਆ ਹੁਣ ਇੰਨਾ ਪੈਸਾ ਬਚ ਗਿਆ ਉਹਦੇ ਵਿੱਚੋਂ ਇੱਕ ਜਦੋਂ ਐਪ ਡਾਊਨਲੋਡ ਕਰਨ ਵੇਲੇ ਉਹ ਕਹਿੰਦੇ ਸੀ ਤੈਨੂੰ ਪਾਸਵਰਡ ਉਦੋਂ ਦੇਵਾਂਗੇ ਐਪ ਡਾਊਨਲੋਡ ਕਰ ਲਿਆ ਜਦੋਂ ਕੱਲ ਨੂੰ ਤੂੰ ਸਾਡੇ ਪੈਸੇ ਨਾ ਮੁੱਕ ਜੇ ਤੂੰ ਕੋਈ ਬੰਦਾ ਕਹਿੰਦਾ ਵੀ ਮੈਂ ਤਾਂ ਜੀ ਕਿੰਨੇ ਪੈਸੇ ਲਾਉਣੇ ਆ ਕੋਈ ਕਹਿੰਦਾ 20 ਲੱਖ ਲਾਉਣਾ ਮੈਂ ਕੋਈ ਕਹਿੰਦਾ 10 ਲੱਖ ਲਾਉਣਾ ਕੋਈ ਕਹਿੰਦਾ 5 ਲੱਖ ਲਾਉਣਾ ਉਸ ਹਿਸਾਬ ਨਾਲ ਅਮਾਊਂਟ ਚੈੱਕ ਲੈ ਲੈਂਦੇ ਸੀ ਜਿਵੇਂ ਕਿਸੇ ਨੇ ਜੇ 10 ਲੱਖ ਲਾਉਣਾ ਤੂੰ 1 ਲੱਖ ਦਾ ਸਮਝ ਜਾਂ 5 ਲੱਖ ਲਾਉਣਾ 1 ਲੱਖ ਦਾ ਚੈੱਕ ਦੇ ਸਾਡੇ ਕੋਲੇ ਜਿਹੜਾ ਚੈੱਕ ਤੇਰਾ ਪਿਆ ਰਹੂਗਾ ਉਹਦੇ ਵਿੱਚ ਤਾਂ ਕਿ ਕੱਲ ਨੂੰ ਜੇ ਤੈਨੂੰ ਪ੍ਰੋਫਿਟ ਜਾਂ ਘਾਟਾ ਪੈ ਗਿਆ ਜਾਂ ਕਿਤੇ ਪੈਸੇ ਡੁੱਬ ਗਏ ਤੂੰ ਸਾਡੇ ਪੈਸੇ ਨਾ ਮਾਰ ਇਹ ਇਹਦੇ ਵਿੱਚ ਜਿਹੜੀ ਡਿਟੇਲ ਮਤਲਬ ਕਿੰਨੇ ਮੈਨ ਆਸ ਤੁਹਾਨੂੰ ਦੱਸ ਰਹੇ ਆ ਅਸੀਂ ਰੈਗੂਲਰ ਮੀਟਿੰਗ ਕਰ ਰਹੇ ਸੀ ਉਹਦੇ ਚ ਅਫਸਰ ਦੱਸ ਰਹੇ ਸੀ ਕਿੰਨੇ ਮੈਨ ਆਰ ਲਾ ਕੇ ਪੰਜਾਬ ਦਾ ਸਭ ਤੋਂ ਵੱਡਾ ਹੁਣ ਤੱਕ ਦਾ ਇਹਨੂੰ ਇਹ ਕਹਿ ਸਕਦੇ ਆ ਆਨਲਾਈਨ ਫਰਾਡ ਵਾਲਾ ਕੇਸ ਆ ਲੁਧਿਆਣਾ ਪੁਲਿਸ ਨੇ ਜਿਹੜਾ ਬਸ ਕੈਂਚ ਕਰ ਦਿਆ ਇਹਦੇ ਵਿੱਚ ਉਹਨੂੰ 2-3 ਜਿਹੜੀਆਂ ਚੀਜ਼ਾਂ ਹੁਣ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੂੰਗਾ ਹੁਣ ਤੱਕ ਅਸੀਂ 70 ਲੱਖ ਲਗਭਗ 73 ਲੱਖ ਰੁਪਿਆ ਇਹਨੂੰ ਸੀਜ਼ ਕਰ ਚੁੱਕੇ ਹਾਂ ਇਹਦੇ ਵਿੱਚ ਕੱਲ ਅਸੀਂ ਇਹਦੇ ਤੇ ਪਰਚਾ ਦਿੱਤਾ 71 ਲੱਖ ਰੁਪਏ ਇਹਦੇ ਵਿੱਚ ਸੀਜ਼ ਹੋ ਗਿਆ ਤੇ ਉਹਦੇ ਵਿੱਚੋਂ 40 ਲੱਖ ਕੈਸ਼ ਤੇ 30,80,000 ਹੈ ਜਿਹੜਾ ਉਹ ਬੈਂਕ ਦੇ ਵਿੱਚ ਅਸੀਂ ਰਾਤ ਤੱਕ ਹੀ ਕਰ ਕਰਕੇ ਡਿਟੇਲ ਕੇ ਇਹਨਾਂ ਦੇ ਵਿੱਚੋਂ ਕੋਈ ਬੰਦਾ ਇਹਨਾਂ ਦਾ ਘਟਾ ਨਾ ਲਵੇ ਅਜੇ ਜਿਹੜੇ ਅਕਾਊਂਟ ਸਾਡੇ ਕੋਲੇ ਪਤਾ ਲੱਗੇ ਆ 30 ਲੱਖ ਕੈਸ਼ ਫਿਰ ਲੈਪਟਾਪਸ ਮੋਬਾਈਲਸ ਫਿਰ ਇਹਦੇ ਵਿੱਚ ਲਗਭਗ ਗੋਲਡ ਐਂਡ ਡਾਇਮੰਡ ਜੁਐਲਰੀ ਹੈ ਜਿਹੜੇ ਉਹ ਪੈਸਿਆਂ ਦੀ ਖਰੀਦੀ ਸੀ ਉਹ 62 ਆਰਟੀਕਲਸ ਹੈ ਉਹਦੀ ਵੈਲਿਊਏਸ਼ਨ ਕਰਨੀ ਆ ਉਹ ਆਈ ਥਿੰਕ 1 ਕਰੋੜਾਂ ਚ ਹੈ ਹੁਣ ਇਹ ਨਹੀਂ ਪਤਾ ਗਾ ਦੈਟਸ ਅ ਗੈਸ ਵਰਕ ਕਿ ਹਰ ਚੀਜ਼ ਦੇ ਵਿੱਚ ਗੋਲਡ ਰਿੰਗ ਤੋਂ ਲੈ ਕੇ ਨੈਕਲੈਸ ਤੱਕ ਜਿਹੜੇ ਡਾਇਮੰਡ ਦੇ ਹੈ ਉਹ ਜਿਹੜੇ ਇਹਨਾਂ ਨੇ ਲੋਕਾਂ ਦੇ ਪੈਸਿਆਂ ਨਾਲ ਉਹ ਖਰੀਦੇ ਹੋਏ ਸੀ ਉਹਦੇ ਵਿੱਚ ਉਹ ਹੈ ਫਿਰ ਇਹਦੇ ਵਿੱਚ 135 ਚੈੱਕ ਹੈ ਜਿਹੜੇ ਲੋਕਾਂ ਦੇ ਪਏ 3 ਕਰੋੜ 1 ਲੱਖ ਦਾ ਉਹਦੇ ਚ ਲਗਭਗ ਉਹ ਜਿਹੜੇ ਚੈੱਕ ਹੋ ਗਏ ਇੱਕ ਬਾਕਸ ਖੋਲਿਆ ਜਿਹੜੇ ਬਰੀਫ ਕੇਸ ਉਹ ਤੋਂ ਬੜੀ ਬਰੀਫ ਕੇਸ ਨੇ
मशीन ओतो मिली है एर जी ने दो ब्रदर इना ने एक ओरियंट सिनेमे को 3 करोड़ लख का एक जो एससीओ लिया लगातार 3 साल पेमेंट जी होनी सी मतलब एक पेमेंट कर दी कैश दे के जी पेमेंट वह की है। 3 प्रॉपर्टियां इन्होंने 90 लाख दियां ढंडारी रोड से लिखिया उदू अलावा एक प्लॉट है जो कुहाड़े लिया एक रेजिडेंशियल जिन्हें हजे सू मेन डॉक्यूमेंट मिल गए ये लगभग 5.5 करोड़ का जो सा लुधियाना प्रेस पिछले बारी एक मर्डर कारण भज गया सी तुहाथों भी असीं बचा के रखी गल भी तुहानूं नहीं पता लगी ते इह इन्ना कैश इस गल च असीं ट्रेस करन दे विच कामयाब होए आ क्योंकि तुसीं ओह जिहड़े हाफ फेक न्यूज़ जिहड़े ओह ला दिंदे आ तां ओहदे नाल ओह सारा इहदा पर्दा इत्थों कई बारी असीं वर्क करदे रहे पिछले वीक भी असीं कोशिश कीती भी किवें किवें इकट्ठे हुंदे आ इहदी स्टडी कीती ओहदे विच बड़ा क्लोजली गार्डड इहदा ऑपरेशन सीगा कागज है डॉक्यूमेंट है जी खरीदे हूं जरा देखो ए फोन है खोल के देखोगे ट्रेनिंग परपज ली है ए कुछ भी नहीं हो सकता लोगों प्रॉफिट दिखा के मैनिपुलेट करके इन्ने पैसे बढ़ गए इन्ने पैसे घट गए ओनू कर सकते हैं कंप्लेंट क्यों नहीं करते कंप्लेंट है जिहड़ा हार्ले डेविडसन की मैनू तो पता नहीं सी कापी होंगी है हार्ले डेविडसन की ये कापी एंड रजिस्ट्रेशन नंबर है ये इहदे घर खड़ा ब्रांड न्यू है ओ हां ओनु हार्ले डेविडसन ही लिया के दिखाउने इहदा की देखना तुसीं ते ओनु इहदे विच जिहड़ी वी ट्रेडिंग वाला मैं तुहाडी क्लैरिटी लई वी ट्रेडिंग दे विच जदों खोलोगे आईओएस ते फोन दे विच इहदे विच लिखा हुआ है मार्केट एक्सचेंज टर्मिनल This application is used for exchanging view on market for individual students for training purpose. जे अगे हुण भी खोलोगे ते इहदे विच तुहानूं ओहदे विचों पता लग जूगा भी इह ट्रेनिंग परपज लई इह लोकां नूं इह कह के ओहदे विच फिर इन्हां ने क्योंकि पैसा इन्वॉल्व हो गया सी 2 नंबर दा पैसा सी ते निक्की मोटी कोई जे शिकायत करदा सी तां ओहनूं ओहदे नाल इह कहिंदे सी आफ्टर मसलमैन टाइप ला के ਡਰਾਉਂਦੇ ਵੀ ਸੀ ਕਿ ਤੂੰ ਕੰਪਲੇਂਟ ਕਰੇਗਾ ਤੂੰ ਫਸ ਜਾਏਗਾ ਤੇਰੀ ਇਨਕਮ ਟੈਕਸ ਨੂੰ ਦੱਸ ਦਾਂਗੇ ਤੇਰੇ ਈਡੀ ਨੂੰ ਦੱਸ ਦਾਂਗੇ ਹੋਰ ਦੱਸ ਦਾਂਗੇ ਬੰਦਾ ਜਿਹਦਾ 10 15 ਲੱਖ ਰੁਪਿਆ ਲਾਇਆ ਜਿਹੜੀ ਸਾਡੇ ਕੋਲੇ ਕੰਪਲੇਂਟ ਆਈ ਹੈ ਜਿਹੜੀ ਆਈ ਸੀ ਉਹ ਸੀ 15 ਲੱਖ ਜਿਹੜੀ 15 ਲੱਖ ਰੁਪਏ ਦੀ ਉਹਨੇ ਕਿਹਾ ਵੀ ਮੇਰੇ ਨਾਲ ਠੱਗੀ ਮਾਰੀ ਆ ਉਹਨਾਂ ਨੇ ਸਕਰੀਨਸ਼ਾਟਸ ਲੈ ਲਏ ਉਹਦੇ ਵਿੱਚ ਆ ਜਿਹੜੇ ਸਕਰੀਨਸ਼ਾਟਸ ਲਏ ਉਹ ਇਹ ਫਿਰ ਕੀ ਕਰਦੇ ਆ ਉਹਨੂੰ ਜਿਹੜਾ ਪਾਸਵਰਡ ਦਿੱਤਾ ਉਹਦਾ ਪਾਸਵਰਡ ਚੇਂਜ ਕਰਦਾ ਪ੍ਰੋਫਿਟ ਵੀ ਦਿਖਾਤਾ ਕਿੰਨੇ ਪੈਸੇ ਲੱਗੇ ਆ ਉਹ ਵੀ ਦਿਖਾਤਾ
ਉਹ ਸਾਰਾ ਕੁਝ ਇਹ ਆਉਂਦਾ ਸੀ ਜਿਹਦੇ ਕੋਲ ਪਾਸਵਰਡ ਆ ਤੇ ਜਿਹਨੂੰ ਮੌਕਾ ਹੁੰਦਾ। ਹੁਣ ਇਹਨਾਂ ਨੂੰ ਅੱਜ ਅਸੀਂ ਅਦਾਲਤ ਵਿੱਚ ਪੇਸ਼ ਕਰਾਂਗੇ। ਪੰਜ ਬੰਦੇ ਟੋਟਲ ਨੋਮੀਨੇਟ ਕੀਤੇ ਆ ਐਫ ਆਈ ਆਰ ਦੇ ਵਿੱਚ, ਇੱਕ ਬੰਦਾ ਹੋਰ ਅਸੀਂ ਉਹਦੇ ਵਿੱਚ ਉਹਨੂੰ ਹਜੇ ਫਿਲਹਾਲ ਐਡ ਕਰਾਂਗੇ। ਤਿੰਨ ਬੰਦੇ ਇਹਦੇ ਚੋਂ ਅਰੈਸਟ ਹੋ ਗਏ, ਇੱਕ ਲੜਕੀ ਤੇ ਦੋ ਲੜਕੇ ਉਹਦੇ ਚ ਅਰੈਸਟ ਹੋ ਗਏ। ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਉਹਨੂੰ ਕਰਾਂਗੇ। ਹੁਣ ਤੁਹਾਡੇ ਕੁਐਸਚਨ ਆ ਕੋਈ ਪਲੀਜ਼ ਦੱਸੋ। ਕੰਪਲੇਂਟ ਦੀ ਡੇਟ ਮੈਨੂੰ ਯਾਦ ਨਹੀਂ ਪਰ 2-3 ਮਹੀਨੇ ਹੋ ਗਏ। ਸਰ ਇਹ ਹੈਕ ਉਹਨਾਂ ਨੇ ਸਪੈਸ਼ਲੀ ਬਣਾਈ ਹੈ ਕਿ ਹੋਰ ਰੈਕਟ ਯੂਜ਼ ਕਰ ਰਹੇ ਆ ਉਹਨਾਂ ਦੇ ਇੰਟੈਂਸ਼ਨ? ਨਹੀਂ, ਇਹਦੀ ਐਪ ਹੈ ਜਿਹੜੀ ਹੁਣ ਤੱਕ ਵਰਤੀ ਹੈ। ਹੁਣ ਇਹਦੇ ਵਿੱਚ ਦੋ ਤਰੀਕਾ ਹੈ। ਅਸੀਂ ਇਹਦੇ ਵਿੱਚ ਜੇ ਐਪ ਵਰਕਿੰਗ ਹੈ ਇਹਦਾ ਮਤਲਬ ਐਪ ਕਿਸੇ ਹੋਰ ਥਾਂ ਦੇ ਉੱਤੇ ਵੀ ਇੰਟਰਲਿੰਕਡ ਹੈ ਜਿਹੜਾ ਐਪ ਹੈ। ਅਸੀਂ BSC NSC ਤੇ ਜਿਹੜਾ MCX ਹੈ ਉਹਨਾਂ ਨੂੰ ਅਸੀਂ ਉਹਨਾਂ ਨੂੰ ਸੈਪੀ ਰਹੀ ਅਸੀਂ ਰਿਕੁਐਸਟ ਕਰਾਂਗੇ ਕਿ ਕੰਸਰਨਡ ਇਹਨਾਂ ਨੂੰ ਲਿਖਿਆ ਜਾਵੇ, ਇਹ ਐਪ ਨੂੰ ਇੱਥੋਂ ਹਟਾਇਆ ਜਾਵੇ। ਵੈਸੇ ਤਾਂ ਉਸ ਤੋਂ ਬਾਅਦ ਕੁਝ ਰੌਲਾ ਪੈ ਗਿਆ ਹੋਣਾ ਉਹਦੇ ਚ ਇਨਵੈਸਟ ਨਹੀਂ ਹੋਣਾਗਾ, ਬਟ ਐਪ ਦਾ ਹਜੇ ਤੱਕ ਸਾਨੂੰ ਇਹਨਾਂ ਦੀ ਜਿਹੜੀ ਮੁੱਢਲੀ ਪਰਚੇਜ ਤੇ ਹਜੇ ਇਹ ਮਤਲਬ ਇਹ ਜਿਹਨੂੰ ਕਿ ਅਸੀਂ ਸ਼ਟਡਾਊਨ ਕਰ ਦਈਏ ਸਾਨੂੰ ਕੋਈ ਅਜੇ ਇਹਨਾਂ ਨੇ ਹੱਥ ਪੱਲਾ ਫੜਾਇਆ ਨਹੀਂ ਗਿਆ, ਕਿਉਂਕਿ ਤੁਸੀਂ ਦੇਖਿਆ ਹਿਊਜ ਅਮਾਊਂਟ ਅਜੇ ਸਾਨੂੰ ਉਮੀਦ ਇਦੋਂ ਜ਼ਿਆਦਾ ਕੈਸ਼ ਦੀ ਸੀ। ਬਟ ਜਦੋਂ ਆ ਪ੍ਰਾਪਰਟੀਆਂ ਦਾ ਸਾਰਾ ਕੁਝ ਕਾਗਜ਼ ਪੱਤਰ ਮਿਲੇ ਤੇ ਇਹਨਾਂ ਦੇ ਇਨਵੈਸਟਮੈਂਟ ਲੈਵਲ ਬੜਾ ਫਾਸਟ ਸੀਗਾ ਜਿਹੜੇ ਲੈਵਲ ਤੇ ਇਹ ਇਨਵੈਸਟਮੈਂਟ ਹੋ ਰਿਹਾ, ਤੇ ਇਹਨੂੰ ਇਹ ਕਹਿ ਸਕਦੇ ਆ ਵਨ ਆਫ ਦੀ ਬੈਸਟ ਕੇਸ ਜਿਹੜਾ ਸਾਈਬਰ ਫਰਾਡ ਦਾ ਜਿਹਦੇ ਵਿੱਚ ਆਮ ਲੋਕਾਂ ਦੀ ਹਾਰਡ ਅਰਨਡ ਮਨੀ ਹੈ। ਤੇ ਤੁਹਾਡੇ ਨਾਲ ਇੱਕ ਇਹ ਵੀ ਕਹਿਣਾ ਚਾਹੂੰਗਾ, ਦੇਖੋ ਕੁਇਕ ਮਨੀ ਜਿਹੜੀ ਕੱਚੇ ਦਾ ਪੈਸਾ ਹੈ ਬਿਜ਼ਨਸ ਦੇ ਵਿੱਚ ਕੱਚਾ ਤੇ ਪੱਕੇ ਨੂੰ ਮਾਨਤਾ ਮਿਲੀ ਵੀ ਆ। ਆਮ ਲੋਕ ਗੱਲ ਕਰਦੇ ਆ ਵੀ ਕੱਚੇ ਦਾ ਪੈਸਾ ਤੇ ਪੱਕੇ ਦਾ ਪੈਸਾ, ਜਿਹੜਾ ਕੱਚੇ ਦਾ ਪੈਸਾ ਫਿਰ ਕੱਚਾ ਹੀ ਕੰਮ ਹੈ, ਉਹਦੇ ਵਿੱਚ ਜੇ ਕੋਈ ਠੱਗੀ ਮਾਰ ਗਿਆ ਡਰਦੇ ਤੁਸੀਂ ਵੀ ਨਹੀਂ ਰੌਲਾ ਪਾਉਂਦੇ, ਹੋਰ ਵੀ ਨਹੀਂ ਰੌਲਾ ਪਾਉਂਦੇ ਜ਼ਿਆਦਾ ਪੈਸੇ ਵਾਲੇ। ਹਜੇ ਸਾਡੇ ਕੋਲੇ ਕੰਪਲੇਂਟ 15 ਲੱਖ ਵਾਲੀ ਸੀ, ਉਸ ਤੋਂ ਬਾਅਦ ਅਸੀਂ ਇਹਨੂੰ ਟੱਚ ਨਹੀਂ ਕੀਤਾ, ਕਿਸੇ ਹੋਰ ਤੋਂ ਪੁੱਛਿਆ ਨਹੀਂ। ਹੁਣ ਹੋ ਸਕਦਾ ਤੁਹਾਡੇ ਜਿਹੜੀ ਪਤਾ ਕਰਨ ਲਈ ਕਿੰਨੇ ਬੰਦਿਆਂ ਦੀ ਕੰਪਲੇਂਟ ਆ ਸਕਦੀ ਹੈ, ਜਾਂ ਜ਼ਿਆਦਾ ਕੱਚੇ ਅਮਾਊਂਟ ਵਾਲਾ ਸ਼ਾਇਦ ਦੱਸੇ ਨਾ ਵੀ ਇਸ ਕਰਕੇ ਰੌਲਾ। ਬਟ ਆਹ ਚੀਜ਼ਾਂ ਦੇ ਵਿੱਚ ਅਸੀਂ ਡਾਇਰੈਕਟਰ BOI DG ਪੰਜਾਬ ਦੇ ਆਫਿਸ ਦੇ ਰਾਹੀਂ ਅਸੀਂ ਇਹਦੇ ਵਿੱਚ ED ਇਨਫੋਰਸਮੈਂਟ ਡਾਇਰੈਕਟਰ ਇਨਕਮ ਟੈਕਸ ਵਾਲੇ ਸਾਰਿਆਂ ਨੂੰ ਇਨਫੋਰਮ ਕਰਾਂਗੇ, ਸੋ ਦੈਟ ਕਿ ਉਹ ਆਪਣੀ ਇੰਡੀਪੈਂਡੈਂਟ ਇਹਦੀ ਵੀ ਇਨਕੁਆਇਰੀ ਕਰ ਸਕਣ ਕਿ ਇਹ ਜਿਹੜਾ ਪੈਸਾ ਜਿਹੜੀ ਸਾਡੀ ਦੇਸ਼ ਦੀ ਇਕਨੋਮੀ ਨੂੰ ਜਿਹੜਾ ਅਫੈਕਟ ਕਰਦਾ ਉਹ ਜਿਹੜਾ ਕੰਮ ਹੈ ਉਹਨੂੰ, ਕਿਉਂਕਿ ਉਹ ਸਪੈਸ਼ਲਾਈਜ਼ਡ ਏਜੰਸੀਆਂ ਜਿਨ੍ਹਾਂ ਕੋਲ ਟਾਈਮ ਵੀ ਹੈ ਤੇ ਮੈਨ ਪਾਵਰ ਵੀ ਹੈ ਤੇ ਰਿਸੋਰਸਿਸ ਵੀ ਹੈ, ਸੋ ਦੈਟ ਉਹਦੇ ਮੁਤਾਬਕ। ਸਰ ਲੈਂਡ ਦੇ ਨਹੀਂ ਕੱਚੀ ਕੀ ਕਰਦੇ ਜਾਂ ਬੈਂਕਾਂ ਦੇ? ਨਹੀਂ, ਇਹਦੇ ਵਿੱਚੋਂ ਮੈਜੋਰਟੀ ਜਿਹੜਾ ਪੈਸਾ ਉਹ ਕੈਸ਼ ਆਪਦੇ ਦਫ਼ਤਰਾਂ 'ਚ ਹੀ ਪਾਉਂਦੇ। ਕੈਸ਼ ਆਪਦੇ ਦਫ਼ਤਰਾਂ ਦੇ ਵਿੱਚ ਇੱਥੇ ਇਹਨਾਂ ਨੇ ਹਾਂ ਮਤਲਬ ਮੇਨ ਇੱਕ ਆਫਿਸ ਸੀ ਤੇ ਬਾਕੀ ਜਿਵੇਂ ਕੱਚੇ ਦਾ ਘਰੇ ਮੰਗਾ ਲਿਆ ਹੋਰ ਦੇ ਵਿੱਚ ਮੰਗਾ ਲਿਆ, ਮੈਜੋਰਟੀ ਪੈਸਾ ਜਿਹੜਾ ਉਹ ਕੱਚੇ ਰਾਹੀਂ ਕਰ। ਇੱਕ ਹੋਰ ਇਹਦੇ ਤੋਂ ਇਲਾਵਾ ਕੁਛ ਪੱਕੇ ਵਾਲੇ ਸਹੀ ਐਪ ਵਾਲਾ ਵੀ ਇਹਨਾਂ ਕੋਲ ਹੈਗਾ ਸਿਸਟਮ, ਮਤਲਬ ਕਿਸੇ ਦਾ ਜਿਹੜਾ ਉਹ ਕਰਦੇ ਆ ਸਹੀ ਪੈਸੇ ਵੀ ਇਨਵੈਸਟ ਕਰੀ ਜਾਂਦੇ ਆ। ਜਿਹਨੇ ਕਹਿੰਦਾ ਯਾਰ ਵੀ ਤੇਰਾ ਪ੍ਰੋਫਿਟ ਵੱਧ ਰਿਹਾ ਹੈ ਘੱਟ ਰਿਹਾ, ਉਹਨੂੰ ਕਿਹਾ ਫਾਰਮ ਪੱਕ ਲਈ ਤੇਰੇ ਕੋਲ ਆ ਸਾਡੇ ਕੋਲ ਐਪ ਹੈਗਾ ਤੂੰ ਉਹ ਕਰ। ਸਰ ਲੱਗਦਾ ਕੀ ਹੈ ਪੰਜਾਬ ਦੇ ਨਾਲ ਕਿ ਬਾਹਰਲੇ ਹੋਰ ਵੀ ਸ਼ੂਗਰ ਦੇ ਬੰਦੇ ਆ ਕਰਦੇ ਆ? ਨਹੀਂ ਦੇਖੋ ਜਿਹੜੇ ਜਿਹੜੇ ਮੈਜੋਰਟੀ ਪੰਜਾਬ ਨਾਲੋਂ ਵੀ ਲੁਧਿਆਣਾ, ਤੁਸੀਂ ਵੀ ਤਾਂ ਲਿਖਿਆ ਪ੍ਰੈਸ ਨੇ ਮੈਨਚੈਸਟਰ ਆਫ ਇੰਡੀਆ ਤੇ ਇਹਦੇ ਵਿੱਚ ਉਹਦੇ ਚ ਜਿਹੜਾ ਕਮਰਸ਼ੀਅਲ ਜਿਹੜਾ ਹੱਬ ਹੈ ਇਹਦੇ ਵਿੱਚ ਮੈਜੋਰਟੀ ਜਿਹੜੇ ਬੰਦੇ ਆ ਲੁਧਿਆਣੇ ਦੇ ਆ ਜਿਹੜੇ ਇਨਵੈਸਟ ਕਰਨ ਵਾਲੇ ਆ। ਅਸੀਂ ਉਹਦੇ ਚ ਰਿਕੁਐਸਟ ਕਰਾਂਗੇ ਤੁਹਾਡੇ ਜ਼ਰੀਏ ਵੀ ਜੇ ਤੁਸੀਂ, ਕਿਉਂਕਿ ਇਹ ਪੈਸਾ ਜਿਹੜਾ ED ਹੋਰ ਦੂਜੇ ਵੀ ਜਿਹੜੇ ਅੱਗੇ ਵੀ ਵਰਕ ਆਊਟ ਕਰਨਗੇ, ਇਹ ਪੈਸਾ ਤੁਹਾਡਾ ਜੇ ਤੁਸੀਂ ਅੱਗੇ ਆ ਕੇ ਕਰਾਂਗੇ ਵੀ ਵਿਲ ਨਾਟ ਖਰਾਬ ਯੂ, ਅਸੀਂ ਤੁਹਾਡੇ ਨਾਲ ਵੀ, ਸਾਨੂੰ ਸਿੰਥੀ ਹੈ ਤੁਹਾਡੇ ਦੇ ਨਾਲ ਵੀ ਤੁਹਾਡੇ ਨਾਲ ਕਮਰਸ਼ੀਅਲ ਫਰਾਡ ਹੋਇਆ, ਅਸੀਂ ਉਹਦੇ ਵਿੱਚ ਐਜ਼ ਏ ਐਵੀਡੈਂਸ਼ੀਅਲ ਵੈਲਿਊ ਲਈ ਤੁਹਾਡੇ ਕੋਲੇ ਉਹ ਉਹਨੂੰ ਅਸੀਂ ਉਹ ਕਰ ਲਾਂਗੇ। ਬਟ ਫਿਰ ਉਹ ਕਹਿ ਸਕਦੇ ਆ ਵੀ ਇੰਨਾ ਜੇ ਇਹਨੂੰ ਆਪ ਹੀ ਤੁਸੀਂ ਸਟੱਡੀ ਕਰੋਗੇ, ਹਜੇ ਤੱਕ ਡਾਊਨਲੋਡ ਉਹ ਨਹੀਂ ਹੋਇਆਗਾ ਆਫ ਨਹੀਂ ਹੋਇਆਗਾ, ਇਹਨੂੰ ਦੇਖੋਗੇ ਉਹਦੇ ਜੇ ਡਿਟੇਲ ਪੜਾਂਗੇ ਤਾਂ ਉਹਦੇ ਵਿੱਚ ਹੀ ਲਿਖਿਆ ਹੋਇਆ ਟ੍ਰੇਨਿੰਗ ਐਪ ਹੈ ਜਿਹਦਾ ਇਹਨਾਂ ਨੂੰ ਸਕਰੀਨਸ਼ਾਟ ਬਣਾ ਕੇ ਆਪੇ ਹੀ ਉਹਦੇ ਚ ਐਡ ਕਰਕੇ ਇਹਨੂੰ 2 ਸਾਲ ਤੋਂ ਚਾਲੂ ਕਰਤਾ ਹੋਇਆ ਹੈ, ਉਹਦੇ ਤੁਸੀਂ ਲਿਖ ਰਹੇ ਨਾ ਕਦੋਂ ਤੋਂ ਚਾਲੂ ਹੋਇਆ। ਅਗੇਨ ਇਹਦੀ ਰੈਂਕਿੰਗ ਇਹਨਾਂ ਨੇ ਦੇਖੋ ਬੜੀ ਇੰਪੋਰਟੈਂਟ ਗੱਲ ਹੈ, ਉਹਦੇ ਚ ਐਪ ਦੇ ਵਿੱਚ 5 ਰੈਂਕਿੰਗ ਹੈ, ਦੇਖਿਆ ਤੁਸੀਂ? ਹਾਂ, ਮਤਲਬ ਉਹਨੂੰ ਜੇ ਖੋਲ ਕੇ ਦੇਖੋ 5 ਰੈਂਕਿੰਗ ਦਿੱਤੀ ਹੋਈ ਹੈ, 5 ਰੈਂਕਿੰਗ ਕੋਈ ਵੀ ਬੰਦਾ ਆਮ ਬੰਦਾ ਉਸ ਗੱਲ ਚ ਫਸ ਜਾਂਦਾ ਹੈ, ਮਤਲਬ ਇਹ ਅਥੈਂਟਿਕ ਹੈ ਤੇ ਇਹ ਬਿਲਕੁਲ ਸਹੀ ਹੈ ਜਿਹਦੀ 5 ਰੈਂਕਿੰਗ ਦੇ ਰਿਹਾ ਵੀ ਪੀਪਲ ਟਰਸਟ ਦਿਸ ਉਹਨੂੰ ਆਪਦੇ ਬੰਦਿਆਂ ਨਾਲ ਹੀ ਉਹ ਸਾਰਾ ਕੁਝ ਕੀਤਾ ਹੋਇਆ। ਆਹ ਤੁਹਾਡੇ ਕੋਲੇ ਇਹਦੇ ਵਿੱਚੋਂ ਬਹੁਤ ਸਾਰੇ ਆ ਹੈਗੇ ਆ ਜਿਹੜੇ ਆ ਜੁਐਲਰੀ ਆਈਟਮ ਵੀ ਹੈਗੀਆਂ ਜਿਹੜੀਆਂ ਉਹਨੂੰ, ਤੇ ਇਹਦੇ ਵਿੱਚੋਂ ਵੀ ਉਹਨੂੰ ਆ ਕੈਸ਼ ਹੈਗਾ
ਬਾਕੀ ਸਾਰੀਆਂ ਚੀਜ਼ਾਂ ਸਰ ਹਲੇ ਤੱਕ ਨੰਬਰ ਆਫ ਯੂਜ਼ਰਸ ਕਿੰਨੇ ਸਰ ਜਿਹਨਾਂ ਦੇ ਪੰਜਾਬ ਲਾਓ ਹੋਰ ਵੀ ਜਿਹਨਾਂ ਦੇ ਸਭ ਵੀ ਹੋ ਸਕਦੇ ਹਨ ਨਹੀਂ ਫਿਲਹਾਲ ਇਹਦੇ ਸਾਨੂੰ ਪਤਾ ਲੱਗਿਆ ਪਰ ਨੋ ਡਾਊਟ ਕਿ ਇਹ ਕਿਤੇ ਨਾ ਕਿਤੇ ਵੀ ਟ੍ਰੇਨਿੰਗ ਵਾਲੀ ਐਪ ਹੈ ਇਹ ਕਿਤੇ ਨਾ ਕਿਤੇ ਹੋਰ ਵੀ ਯੂਜ਼ ਹੋ ਰਹੀ ਹੋਣੀ ਹੈ ਇਹ ਇਹਨਾਂ ਦੀ ਸਸਟੇਨ ਪੁੱਛ ਕੇ ਇਸ ਤੋਂ ਬਾਅਦ ਤੁਸੀਂ ਦੇਖੋ ਇਹ ਕਿੰਨੇ ਘੰਟਿਆਂ ਦੀ ਮਿਹਨਤ ਹੈ ਕਈ ਮਹੀਨਿਆਂ ਦਾ ਹਾਰਡਵਰਕ ਕਿੰਨੇ ਘੰਟਿਆਂ ਦੀ ਮਿਹਨਤ ਦੇ ਵਿੱਚ ਸਵੇਰੇ 3:30 ਵਜੇ ਮੇਰੀ ਇਹ ਗੱਲ ਹੋਈ ਹੈ ਜੀ ਹੁਣ ਅਸੀਂ ਆਹ ਵਾਲਾ ਇਹਨਾਂ ਨੂੰ ਲਾਸਟ ਨੂੰ ਉਹ ਕੰਮ ਕਰ ਰਹੇ ਹਾਂ ਸਵੇਰ ਦੇ ਅੱਜ ਜਿਹੜੇ ਸਵੇਰ ਦੇ ਸਾਰੇ ਕੰਮ ਮਤਲਬ ਇਹਦੇ ਚ ਹਾਰਡਵਰਕ ਹੋਇਆ ਵੀ ਵਿਲ ਏਬਲ ਟੂ ਟ੍ਰੇਸ ਦਿਸ ਕੇਸ ਤੇ ਇਹਦੇ ਲਈ ਜਿਹੜੇ ਆਫਸਰਸ ਨੇ ਸਪੈਸ਼ਲੀ ਰੁਪਿੰਦਰ ਇਹਦੇ ਚ ਆਪਣੇ ਏਸੀਪੀ ਜਿਹੜੇ ਸਾਈਬਰ ਜਤਿੰਦਰ ਤੇ ਇੰਸਪੈਕਟਰ ਜਿਹੜੇ CIA ਜਿਹੜੇ ਉਹਦੇ ਚ ਹੈਗੇ ਆ ਉਹਨਾਂ ਨੇ ਸਾਡਿਆਂ ਨੇ ਇਹਦੇ ਚ ਕੰਮ ਕੀਤਾ ਬੰਦਿਆਂ ਨੂੰ ਫੜਨ ਦੇ ਵਿੱਚ ਉਹ ਕਾਮਯਾਬ ਵੀ ਹੋ ਗਏ ਇਹਦੇ ਵਿੱਚੋਂ ਇੱਕ ਜਿਹੜਾ ਮੇਨ ਹੈਗਾ ਅਨਿਲ ਜੈਨ ਮੇਨ ਜਿਹੜਾ ਕਿੰਗ ਪਿੰਨ ਹੈ ਕਿੰਗ ਮੇਕਰ ਵੀ ਉਹਨੂੰ ਜਤਿਨ ਜੈਨ ਉਹਦਾ ਬ੍ਰਦਰ ਆ ਹਜੇ ਉਹ ਸਾਨੂੰ ਵਾਂਟਡ ਹੈ ਤੇ ਵੀ ਵਿਸ਼ ਕੇ ਉਹਨੂੰ ਵੀ ਅਸੀਂ ਜਲਦੀ ਫੜਾ ਕੋਈ ਤੁਹਾਡਾ ਹੋਰ ਸਵਾਲ ਹੈ ਵੈਸੇ ਮੈਂ ਸਾਰੀ ਡਿਟੇਲ ਇਹਦੇ ਪ੍ਰੈਸ ਨੋਟ ਦੇ ਵਿੱਚ ਵੀ ਤੁਹਾਨੂੰ ਇਨਵੈਸਟਰ ਫੋਨ ਕਰਕੇ ਇਹ ਲੜਕੀ ਬੜਾ ਸੋਹਣਾ ਉਹਨੂੰ ਬੋਲਦੀ ਹੈ ਬੜੀ ਸੋਹਣੀ ਕਰਦੀ ਹੈ ਅਮਦ ਕਰਦੀ ਹੈ ਤੇ ਉਹਦੇ ਵਿੱਚੋਂ ਇਹ ਉਹਨੂੰ ਕਾਲ ਕਰ ਕਰਕੇ ਤੇ ਉਹਨੂੰ ਲਿੰਕ ਭੇਜਦੀ ਸੀ ਨਹੀਂ ਇਹ ਤਾਂ ਕਿਸੇ ਵੀ ਆਪਦੇ ਲੈ ਕੇ ਕਿਸੇ ਵੀ ਕੰਪਨੀ ਤੋਂ ਲੈ ਕੇ ਉਹਨੂੰ ਜਿਹੜੇ ਆਪਾਂ ਨੂੰ ਜਿਹੜੀਆਂ ਕਾਲ ਆਉਂਦੀਆਂ ਰਹਿੰਦੀਆਂ ਉਹਦੇ ਵਿੱਚ ਹੀ ਕਾਲ ਕਰਕੇ ਜੀ ਤੁਹਾਡਾ ਕਿੰਨਾ ਪੈਸਾ ਇੱਕ ਹੋਰ ਆ ਨਾ ਉਹ ਇਹ ਇੱਕ ਰੈਗੂਲਰ ਹੋਰ ਵੀ ਆਪਦਾ ਟ੍ਰੇਡਿੰਗ ਦਾ ਕੰਮ ਵੀ ਕਰਦੇ ਉਹ ਰਜਿਸਟਰਡ ਵੀ ਇਹਨਾਂ ਦਾ ਤੇ ਉਹਦੇ ਵਿੱਚੋਂ ਇਹਨਾਂ ਨੂੰ ਕਲਾਇੰਟ ਪਤਾ ਉਹੀ ਲੜਕੀ ਉਹਨਾਂ ਕਲਾਇੰਟਸ ਨੂੰ ਵੀ ਫੋਨ ਕਰੀ ਜਾਂਦੀ ਹੋਣੀ ਵੀ ਤੁਹਾਡੇ ਪੈਸਾ ਇੰਨਾ ਲਾ ਰਹੇ ਹੋ ਤੁਸੀਂ ਇੱਧਰ ਵੀ ਲਾਓ ਜੀ ਤੇ ਤੁਹਾਡੇ ਅਸੀਂ ਜਿਹੜਾ ਅਰਲੀ ਉਹਨੂੰ ਪ੍ਰੋਫਿਟ ਕਰ ਇਹਨਾਂ ਦਾ ਹਜੇ ਤੱਕ ਕਿਸੇ ਦਾ ਵੀ ਸਾਡੇ ਕੋਲ ਨਹੀਂ ਸਰ ਇਹ ਨਹੀਂ ਇੱਕ ਇਹਨਾਂ ਕੋਲੇ ਦੋ ਮੁਕੱਦਮੇ ਇਹਦੇ ਕੋਲੇ ਦਰਜ ਹੈਗੇ ਆ ਉਹਨੂੰ ਜਿਹੜਾ ਹੈ ਇਹਦੇ ਤੇ ਅਨਿਲ ਜੈਨ ਤੇ ਇੱਕ FIR ਸਲੀਮ ਟਾਬਰੀ ਚ ਅੰਡਰ ਸੈਕਸ਼ਨ 341-506 ਲੜਾਈ ਝਗੜੇ ਦੀ ਹੈ 1-2022 ਦੇ ਵਿੱਚ ਉਹਨੂੰ ਕਾਪੀਰਾਈਟ ਦਾ ਹੋਇਆ ਪਰਚਾ 420 ਦਾ ਪਰਚਾ ਹੋਇਆ ਉਹ ਵੀ ਸ਼ਾਇਦ ਸਲੀਮ ਟਾਬਰੀ ਦੇ ਵਿੱਚ ਹੈ ਦੋ ਕੇਸਿਸ ਇਹਦੇ ਤੇ ਮਤਲਬ ਇਸ ਨਾਲ ਰਿਲੇਟਡ ਨਹੀਂ ਹੈਗਾ ਪਰ ਕਾਪੀਰਾਈਟ ਵੀ ਕੋਈ ਨਾ ਕੋਈ ਉਹ ਵੀ ਉਹਦੇ ਚ ਉਹੀ ਡਿਫਰੈਂਸ ਹੋਣਾ